ਔਰ ਜਿਹੜੇ ਅੱਜ ਦੀ ਇਹ ਡੈਲੀਗੇਸ਼ਨ ਆਇਆ ਇਹਨਾਂ ਨੂੰ ਅਸੀਂ ਓਪਨ ਸੱਦਾ ਦਿੱਤਾ, ਜਦ ਮਰਜ਼ੀ ਆ ਕੇ ਸਾਡੇ ਨਾਲ ਗੱਲ ਕਰ ਸਕਦੇ। ਲੱਗਦਾ ਕਿ ਡਿਬੇਟ ਕਦੀ ਹੋ ਵੀ ਪਾਏਗੀ? ਇਹ ਤਾਂ ਇੱਕ ਇਹਨਾਂ ਦੇ ਇਹੀ ਪਾਰਟੀ ਦਾ ਲੀਡਰ ਹੈ, ਮੈਂ ਕਈ ਵਾਰ ਉਹਦਾ ਸ਼ੇਰ ਸੁਣਦਾ ਵਾਂ, ਬੋਲਦਾ ਹੁੰਦਾ ਹੈ ਕਿ ਤਾਲੀਮ ਕਾ ਜ਼ੋਰ ਇਤਨਾ, ਤਹਿਜ਼ੀਬ ਕਾ ਸ਼ੋਰ ਇਤਨਾ, ਬਰਕਤ ਕਿਉਂ ਨਹੀਂ ਹੋਤੀ, ਤੇਰੀ ਨੀਅਤ ਮੇਂ ਖੋਟ ਹੈ, ਔਰ ਅਗਰ ਨੀਅਤ ਠੀਕ ਹੋਏਗੀ ਤਾਂ ਸਭ ਕੁਝ ਠੀਕ ਹੋ ਜਾਏਗਾ। ਅੱਜ ਸ਼੍ਰੋਮਣੀ ਅਕਾਲੀ ਦਲ ਦਿੱਲੀ ਦਾ ਯੂਥ ਵਿੰਗ ਦਾ ਯੂਨਿਟ ਸੀ, ਇਹ ਸਾਰੇ ਇਕੱਠੇ ਹੋ ਕੇ ਅੱਜ ਆਏ ਹਾਂ। ਉਹਨਾਂ ਨੇ ਆਪਣੇ ਵੱਲੋਂ ਤਾਂ ਸ਼ੋਅ ਕੀਤਾ ਕਿ ਅਸੀਂ ਇੱਕ ਸਟਾਫ ਦੇ ਹਿਮਾਇਤੀ ਬਣ ਕੇ ਆਇਆ, ਮਗਰ ਮੈਂ ਸਮਝਦਾ ਅੱਜ ਦੀ ਕੋਈ ਲੋੜ ਨਹੀਂ ਸੀ ਕਿਉਂਕਿ ਕੱਲ੍ਹ ਤੱਕ ਸਕੂਲਾਂ ਦੇ ਵਿੱਚ ਜਿਹੜਾ ਦੋ ਦਿਨ ਵਸੇ ਲੋਨੀ ਰੋਡ ਸਕੂਲ ਦੇ ਵਿੱਚ ਪ੍ਰੋਬਲਮ ਚੱਲੀ, ਜਿਸ ਵਕਤ ਅਸੀਂ ਉੱਥੇ ਗਏ ਉੱਥੇ ਸਟਾਫ ਨੇ ਆਪਣੀ ਗੱਲਾਂ ਦੱਸੀਆਂ, ਔਰ ਸਟਾਫ ਦੀ ਗੱਲਾਂ ਦੱਸਣ ਤੋਂ ਬਾਅਦ ਅਸੀਂ ਉਹਨਾਂ ਦੀਆਂ ਗੱਲਾਂ ਦੇ ਉੱਤੇ ਗੌਰ ਵੀ ਕੀਤਾ ਔਰ ਉਹਨਾਂ ਦੀ ਗੱਲਾਂ ਉਹਨਾਂ ਨੂੰ ਸੈਟਿਸਫਾਈ ਵੀ ਕਰਾਇਆ ਕਿ ਇਹ ਜਿਹੜੀ ਪ੍ਰੋਬਲਮਸ ਆਈਆਂ ਨੇ ਫਾਈਨੈਂਸ਼ੀਅਲ ਜਿਹੜੇ ਜਿਹਦੇ ਕਰਕੇ ਸੈਲਰੀਜ਼ ਕਰਕੇ ਉਹਨਾਂ ਨੂੰ ਮੇਨ ਪ੍ਰੋਬਲਮ ਆਈ ਹੈ, ਇੱਕ ਮਹੀਨੇ ਦੀ ਤਨਖਾਹ ਪਿਛਲੀ ਰੁਕੀ ਹੋਈ ਹੈ ਔਰ ਇੱਕ ਮਹੀਨੇ ਦੀ ਇਸ ਮਹੀਨੇ ਦੇ ਵਿੱਚ ਅਸੀਂ ਜਿਹੜੀ ਦੇਣੀ ਹੈ, ਅਸੀਂ ਉਹਨਾਂ ਨੂੰ ਵਾਅਦਾ ਵੀ ਕੀਤਾ ਕਿਉਂਕਿ ਅਸੀਂ ਹਰ ਮਹੀਨੇ ਤਨਖਾਹ ਦੇ ਰਹੇ ਹਾਂ, ਸਿਰਫ ਇੱਕ ਮਹੀਨੇ ਦੀ ਜਿਹੜੀ ਤਨਖਾਹ ਦਾ ਸਾਡਾ ਸ਼ਾਰਟਫਾਲ ਚੱਲ ਰਿਹਾ ਉਸ ਨੂੰ, ਕਿਉਂਕਿ ਹਰ ਇੱਕ ਦੇ ਉਹਨਾਂ ਦੀ ਪ੍ਰੋਬਲਮਸ ਵੀ ਜੈਨੂਅਨ ਨੇ ਕਿਉਂਕਿ ਇਹ ਪ੍ਰੋਬਲਮਸ ਹੈ, ਮਗਰ ਉਹ ਸਮਝਦੇ ਨੇ ਕਿ ਇਹ ਪ੍ਰੋਬਲਮਸ ਕਿਹਦੇ ਕਰਕੇ ਆਈਆਂ ਨੇ, ਇਹਦੇ ਪਿੱਛੇ ਕਾਰਨ ਕੀ ਹੈ, ਜਿਹੜੇ 10-10 ਸਾਲ ਪੁਰਾਣੇ ਜਿਹੜੇ ਸਾਡੇ ਸਿਰ ਦੇ ਉੱਤੇ ਕਰਜ਼ੇ ਹੈਗੇ ਨੇ ਅਸੀਂ ਉਹਨੂੰ ਦੂਰ ਕਰ ਰਹੇ ਹਾਂ। ਸਾਰੇ 2006 ਦੇ ਵਿੱਚ ਸਿਕਸ ਪੇ ਕਮਿਸ਼ਨ ਲੱਗਿਆ, 2013 ਤੱਕ ਉਹਨੂੰ ਦਿੱਤਾ ਨਹੀਂ ਗਿਆ ਪੁਰਾਣੀ ਕਮੇਟੀ ਵਜੋਂ, ਔਰ ਪੇਰੈਂਟਸ ਕੋਲੋਂ ਪੈਸੇ ਲਏ ਗਏ, 2008 'ਚ ਪੈਸੇ ਇਕੱਠੇ ਕੀਤੇ ਗਏ, ਔਰ 2013 ਤੱਕ ਜਿਸ ਵਕਤ ਤੁਸੀਂ ਸਿਕਸ ਪੇ ਦੀ ਫੀਸ ਲੈ ਰਹੇ ਹੋ ਔਰ ਜਿਹੜੀ ਸੈਲਰੀ ਉਹ ਫਿਫਥ ਪੇ ਦੇ ਹਿਸਾਬ ਨਾਲ ਦੇ ਰਹੇ ਹੋ, ਅਤੇ ਉਹਦੇ ਬਾਵਜੂਦ ਵੀ ਤੁਸੀਂ ਤੁਹਾਡੇ ਸਕੂਲਸ ਉਸ ਵਕਤ ਘਾਟੇ ਜਾ ਰਹੇ ਸੀ, ਅੱਜ ਬਾਹਰ ਬੈਠ ਕੇ ਬਹੁਤ ਸ਼ੋਰ ਮਚਾ ਰਹੇ ਨੇ। ਉਹਨਾਂ ਕੋਲੋਂ ਕੋਈ ਗੱਲ ਦੀ ਕੋਈ ਜਵਾਬਦਾਰੀ ਨਹੀਂ ਸੀ ਜਿਹੜੇ ਸਾਡੇ ਕੋਲ ਅੱਜ ਡੈਲੀਗੇਸ਼ਨ ਆਇਆ, ਔਰ ਉਹਨਾਂ ਨੇ ਇੱਕੋ ਗੱਲ ਰੱਖੀ ਕਿ ਅਸੀਂ ਜੀ ਤੁਹਾਡੇ ਨਾਲ ਬੈਠ ਕੇ ਡਿਬੇਟ ਕਰਨਾ ਚਾਹੁੰਦੇ, ਔਰ ਅਸੀਂ, ਮੈਂ ਉਹਨਾਂ ਨੂੰ ਬਿਲਕੁਲ ਓਪਨ ਸੱਦਾ ਦਿੱਤਾ ਕਿ ਆਪਣੇ ਪ੍ਰਧਾਨ ਸਾਹਿਬ ਸਰਦਾਰ ਪਰਮਜੀਤ ਸਿੰਘ ਸਰਨਾ ਦੇ ਨਾਲ ਜਦ ਮਰਜ਼ੀ ਤੁਸੀਂ ਡਿਬੇਟ ਰੱਖ ਲਓ, ਜੇ ਮੇਰੇ ਨਾਲ ਕਰਨਾ ਚਾਹੁੰਦੇ ਹੋਣ ਮੈਂ ਤਿਆਰ ਹਾਂ, ਜੇ ਅਗਰ ਸਾਡੇ ਪ੍ਰਧਾਨ ਸਾਹਿਬ ਸਰਦਾਰ ਮਨਜੀਤ ਸਿੰਘ ਜੀ ਕੇ ਨਾਲ ਕਰਨਾ ਚਾਹੁਣ ਤਾਂ ਉਹ ਵੀ ਤਿਆਰ ਨੇ, ਅਸੀਂ ਹਰ ਮੁੱਦੇ ਦੇ ਉੱਤੇ ਫਿਗਰਸ ਦੇ ਉੱਤੇ ਗੱਲ ਕਰਾਂਗੇ ਔਰ ਗੱਲ ਕਰਾਂਗੇ ਫੈਕਟਸ ਦੇ ਆਧਾਰ 'ਤੇ, ਤੱਥਾਂ ਦੇ ਆਧਾਰ ਦੇ ਉੱਤੇ। ਵੇਖ ਗੱਲਾਂ ਦੇ ਨਾਲ ਗੱਲਾਂ ਨਹੀਂ ਹੁੰਦੀਆਂ ਕਿ ਆਵਾਜ਼ ਆਪਣਾ ਸ਼ੋਰ ਮਚਾਉਂਦੇ ਰਹੋ ਕਿ ਜੀ ਇਹ ਨੁਕਸਾਨ ਕਰਤਾ ਜੀ, ਕਮੇਟੀ ਖਾ ਗਈ। ਕਮੇਟੀ ਕੋਲੋਂ ਇੱਕ ਇੱਕ ਪੈਸੇ ਦਾ ਹਿਸਾਬ ਹੈ ਔਰ ਕਮੇਟੀ ਨੇ ਸੰਗਤ ਦੇ ਨਾਲ ਵਚਨਬੱਧ ਹੈ। ਅੱਜ ਇੰਨੀ ਡਿਵੈਲਪਮੈਂਟ, ਇੰਨਾ ਕੰਮ ਜਿਹੜਾ ਹੋ ਰਿਹਾ ਇਹ ਗੁਰਦੁਆਰਿਆਂ ਦਾ, ਮਗਰ ਸਕੂਲਾਂ ਦੇ ਵਿੱਚ ਜਿਹੜਾ ਡੈਫੀਸ਼ਿਟ ਆਇਆ ਡਿਊ ਟੂ ਓਨਲੀ ਜਿਹੜਾ ਏਰੀਅਸ ਸੀ, ਔਰ ਅੱਜ ਅਸੀਂ ਤਕਰੀਬਨ 80 ਕਰੋੜ ਤੋਂ ਉੱਤੇ ਦੇ ਚੁੱਕੇ ਹਾਂ, ਜਿਹੜੀ ਸਾਡੀ ਲਾਇਬਿਲਟੀ 150 ਕਰੋੜ ਤੋਂ ਉੱਤੇ ਹੈਗੀ ਸੀ। ਅਸੀਂ ਬਾਕੀ ਪੈਸੇ ਦਾ ਵੀ ਅਰੇਂਜਮੈਂਟ ਕਰ ਰਹੇ ਹਾਂ, ਸਟਾਫ ਸਾਡੇ ਨਾਲ ਬਿਲਕੁਲ ਸਹਿਮਤ ਹੈ ਔਰ ਸਟਾਫ ਨੂੰ ਪਤਾ ਵੀ ਹੈ, ਕਿਉਂਕਿ ਸਟਾਫ ਨੂੰ ਅਸੀਂ ਜਿਸ ਵਕਤ ਸਿਕਸ ਪੇ ਦਾ ਏਰੀਅਸ ਲਗਾਉਣ ਦੀ ਗੱਲ ਕੀਤੀ ਸੀ, ਕਈ ਸਟਾਫ 'ਤੇ ਸਾਨੂੰ ਪੂਰਾ 100% ਛੱਡਣ ਨੂੰ ਵੀ ਤਿਆਰ ਸੀ, ਮਗਰ ਜਦ ਇਹ ਨਾਇਨਸਾਫੀ ਹੁੰਦੀ ਕਿ ਜਿਹੜੇ ਕੋਰਟ 'ਚ ਗਏ ਸੀ ਕਿ ਅਸੀਂ ਉਹਨਾਂ ਨੂੰ ਦਿੰਦੇ ਅਤੇ ਬਾਕੀ ਉਹਨੂੰ ਨਾ ਦਿੰਦੇ, ਇਸ ਕਰਕੇ ਸਟਾਫ ਅੱਜ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ, ਪੂਰੇ ਸਮੁੱਚੇ GHPS ਦੇ ਸਟਾਫ ਦਾ, ਜਿਹੜਾ ਹਮੇਸ਼ਾ ਸਾਡੇ ਨਾਲ ਸਹਿਮਤ ਹੋ ਕੇ ਖੜਾ ਹੋਇਆ, ਔਰ ਤਾਂ ਹੀ ਅਸੀਂ ਉਸ ਇਸੇ ਕਰਕੇ ਅਸੀਂ ਜ਼ਿਆਦਾ ਫਿਕਰਮੰਦ ਹਾਂ ਕਿ ਉਹਨਾਂ ਦਾ ਬਣਦਾ ਹੱਕ ਉਹਨਾਂ ਨੂੰ ਮਿਲਣਾ ਚਾਹੀਦਾ। ਅਸੀਂ ਪੂਰੀ ਕੋਸ਼ਿਸ਼ ਵੀ ਕਰਾਂਗੇ ਜਲਦ ਤੋਂ ਜਲਦ ਇਸ ਕ੍ਰਾਈਸਿਸ 'ਚੋਂ ਨਿਕਲੀਏ।